ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਚ ਇਥੇ ਚੋਰਾਂ ਵੱਲੋਂ ਚੋਰੀ ਕੀਤਾ ਬੁਲਟ ਤਿੰਨ ਦਿਨ ਬਾਅਦ ਕੀਤਾ ਗਿਆ ਵਾਪਸ ਘਟਨਾ ਹੋਈ ਸੀ ਸੀਸੀਟੀਵੀ ਚ ਕਹਿ ਦੇ ਸਾਰੇ ਰਹਿ ਗਏ ਹੈਰਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਦੇ ਵੀਡੀਓ ਨੂੰ ਅੱਤੋ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਦਿਨ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ WhatsApp ਚੋਣ ਵਾਲੀ ਵੱਡੀ ਖਬਰ ਹੈ ਹੁਣ WhatsApp ਤੇ ਠੱਗਾਂ ਦੇ ਵੱਲੋਂ ਵakre ਢੰਗ ਦੇ ਨਾਲ ਧੋਖਾਧੜੀ ਸ਼ੁਰੂ ਕੀਤੀ ਗਈ ਜਿਸ ਕਾਰਨ ਪੁਲਿਸ ਵੀ ਲੋਕਾਂ ਵਿੱਚ ਤਾਵਨ ਦਿੱਤੀ ਗਈ ਹੈ ਦਰਅਸਲ ਪੰਜਾਬ ਪੁਲਿਸ ਸਟੇਟ ਸਾਈਬਰ ਕ੍ਰਾਈਮ ਸੈੱਲ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੜਵਾਈਜ਼ਰੀ ਨੂੰ ਜਾਰੀ ਕਰਕੇ ਸਿਵਲ ਅਧਿਕਾਰੀਆਂ ਦੀਆਂ ਜਿੱਲੀਆਂ ਜਾਲੀਆਂ ਜਾਲੀਵਰਡ ਤੋਂ 파ੜੀ ਵੀ ਵਰਤੋ ਕਰਕੇ ਵਿਤੀ ਮੰਗ ਕਰਨ ਵਾਲੇ ਸੰਦੇਸ਼ਾਂ ਨੂੰ ਸੁਚੇਤ ਰਹਿਣ ਦਾ ਸੁਝਾਅ ਦਿੱਤਾ ਹੈ ਸਾਈਬਰ ਕ੍ਰਾਈਮ ਸੈੱਲ ਨੇ ਉਹਨਾਂ ਨੂੰ ਇਹ ਕਿਹਾ ਹੈ ਕਿ ਜੇਕਰ ਅਜਿਹੇ ਮਾਮਲੇ ਉਹਨਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਤੁਰੰਤ ਟੋਲ ਫ੍ਰੀ ਨੰਬਰ 1930 ਤੇ ਸੂਚਨਾ ਦੇਣ ਇਸ ਸਬਾਬ ਜਾਣਕਾਰੀ ਦਿੰਦੇ ਹਾਂ ਇੰਸਪੈਕਟਰ ਜਨਰਲ ਆਫ ਪੁਲਿਸ ਨੇ ਦੱਸਿਆ ਕਿ 1 ਮਹੀਨੇ ਤੋਂ ਵੀ ਕਾਫੀ ਸਮੇਂ ਵਿੱਚ ਅਜਿਹੇ ਦੋ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੰਨਾ ਵਿੱਚ ਠੱਗਾਂ ਵੱਲੋਂ ਵੀ ਵੀ ਆਈ ਪੀ ਦੀਪਹਸ਼ਾਨ ਆਪਣਾ ਕਿਨੂਦੋਸ਼ ਲੋਕਾਂ ਨੂੰ ਠੱਗੀ ਕੀਤੀ ਜਾਂਦੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਸਟੇਟ ਸਾਈਬਰ ਕ੍ਰਾਈਮ ਸੈੱਲ ਵੱਲੋਂ ਅਡਵਾਈਜ਼ਰੀ ਪੰਜਾਬ ਦੇ ਲੋਕਾਂ ਦੇ ਲਿਸਟ ਜਾਰੀ ਕਰ ਦਿੱਤੀ ਹੈ ਕਿ ਇਹ ਜਿਹੇ ਲੋਕਾਂ ਤੇ ਬਚੋ ਜੇ ਕੋਈ ਵੀ 사ਵਨ ਆਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰੋ ਤੇ ਟੋਲ ਫਰੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਖਬਰ ਲਾ ਸਕਦੇ ਖੰਨੀ ਤੋਂ ਡਬੋਤ ਬੋਤ